ਚਾਰ ਪਦਾਰਥ ਜੇ ਕੋ ਮੰਗੈ ਸਤ ਜਨਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸ਼ੋਭਾ ਲੋਰੇ ਸਾਧ ਸੰਗ ਇਹ ਹਉ ਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕਹਿ ਬਲਬਲ ਜਸਾ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕਹਿ ਬਲਬਲ ਜਸਾ ਜੁਗ ਜੁਗ ਅਟੱਲ ਮਿਹਰਾਂ ਦੀ ਸਾਈਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲਈਏ ਜੀ ਸਤਕਾਰ ਪ੍ਰੇਮ ਨਾਲ ਸਤਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਪਾਵਨ ਬਾਣੀ ਮਹਾਨ ਰਚਨਾ ਸੁਖਮਨੀ ਸਾਹਿਬ ਜਿਦਿ ਵਿਚਾਰ ਕਰਦਿਆਂ ਕਰਦਿਆਂ ਅਸੀਂ ਤੀਸਰੀ ਅਸ਼ਟਪਦੀ ਤੱਕ ਪਹੁੰਚੇ ਹਾਂ ਅਤੇ ਤੀਸਰੀ ਅਸ਼ਟਪਦੀ ਦੀ ਅੱਜ ਸਾਡੇ ਕੋਲ ਪੰਜਵੀਂ ਪੌੜੀ ਮੌਜੂਦ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਪੰਜਵੀਂ ਪੌੜੀ ਦੇ ਵਿੱਚ ਸਭ ਤੋਂ ਅਖੀਰ ਤੇ ਇੱਕ ਗੱਲ ਕਹੀ ਹੈ ਕਿ ਦੁਨੀਆ ਵਿੱਚ ਬਹੁਤ ਘੱਟ ਬਹੁਤ ਵਿਰਲੇ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਉਹਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ। ਜਾਦਤਰ ਸਾਡੀਆਂ ਜਿਹੜੀਆਂ ਮੰਗਾਉਂਦੀਆਂ ਨੇ ਉਹ ਸੰਸਾਰਕ ਹੁੰਦੀਆਂ ਨੇ ਵੀ ਸਾਨੂੰ ਦੁਨਿਆਵੀ ਤੌਰ ਤੇ ਧਨ ਮਿਲ ਜਾਵੇ ਦੁਨਿਆਵੀ ਤੌਰ ਤੇ ਸੁੱਖ ਮਿਲ ਜਾਣ ਦੁਨੀਆਂ ਦੀ ਇੱਜ਼ਤ ਮਿਲ ਜਾਏ ਕੁਝ ਇਦਾਂ ਦੀਆਂ ਸਾਡੀਆਂ ਮੰਗਾਉਂਦੀਆਂ ਨੇ ਤੇ ਅਸੀਂ ਜਿਹੜੇ ਆਪਣੇ ਮਾਨਸਿਕ ਲੈਵਲ ਨੂੰ ਬਹੁਤ ਹੱਦ ਤੱਕ ਨੀਵਾਂ ਰੱਖ ਕੇ ਚੱਲਦੇ ਆਂ ਜਿਹੜੀ ਸਭ ਤੋਂ ਉੱਤਮ ਅਵਸਥਾ ਹੈ ਅਸੀਂ ਉਹਦੀ ਪ੍ਰਾਪਤੀ ਦੇ ਲਈ ਕੋਈ ਵੀ ਉਦਮ ਨਹੀਂ ਕਰਦੇ ਤੇ ਨਾ ਹੀ ਕੋਈ ਮੰਗ ਕਰਦੇ ਆਂ ਤਨਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹਦੀ ਸ਼ੁਰੂਆਤ ਕੀਤੀ ਹੈ ਇਸ ਪੌੜੀ ਦੀ ਤੇ ਮਹਾਰਾਜ ਨੇ ਬਚਨ ਕੀਤੇ ਨੇ ਚਾਰ ਪਦਾਰਥ ਜੇ ਕੋ ਮੰਗ ਹੈ ਕਹਿੰਦੇ ਜੇਕਰ ਕਿਸੇ ਇਨਸਾਨ ਨੂੰ ਭੋਖਣ ਚਾਰ ਪਦਾਰਥ ਤੀ ਚਾਰ ਪਦਾਰਥ ਭਾਵ ਧਰਮ ਅਰਥ ਕਾਮ ਤੇ ਮੋਕਸ਼ ਧਰਮ ਭਾਵ ਧਰਮ ਜਿਹਨੂੰ ਆਪਾਂ ਕਹਿੰਦੇ ਆ ਅਰਥ ਭਾਵ ਦੌਲਤ ਕਾਮ ਭਾਵ ਕਾਮ ਵਾਸ਼ਨਾ ਪੂਰੀ ਹੋ ਜਾਣੀਆਂ ਤੇ ਮੋਕਸ਼ ਭਾਵ ਮੁਕਤੀ ਕਹਿੰਦੇ ਜਿਨ੍ਹਾਂ ਨੂੰ ਇਸ ਚੀਜ਼ ਦੀ ਭੁੱਖ ਹੈ ਜਿਨ੍ਹਾਂ ਨੂੰ ਆ ਚੀਜ਼ਾਂ ਚਾਹੀਦੀਆਂ ਨੇ ਵੀ ਮੈਂ ਬਹੁਤ ਵੱਡਾ ਧਰਮੀ ਹੋਵਾਂ ਵੀ ਦੁਨੀਆਂ ਵਿੱਚ ਮੇਰੀ ਜਾਇਜਾਕਾਰ ਹੋਵੇ ਵੀ ਲੋਕ ਮੈਨੂੰ ਕਹਿਣ ਵੀ ਬਹੁਤ ਵੱਡਾ ਧਰਮੀ ਹੈ ਰੱਜ ਕੇ ਇਸ ਬੰਦੇ ਨੇ ਧਰਮ ਕਮਾਇਆ ਨੰਬਰ 2 ਜੇਕਰ ਕੋਈ ਇਨਸਾਨ ਦੀ ਭੁੱਖ ਹੋਵੇ ਵੀ ਉਹਨੂੰ ਦੌਲਤ ਚਾਹੀਦੀ ਹੈ ਵੀ ਮੇਰੇ ਕੋਲ ਦੌਲਤ ਐਨੀ ਹੋਵੇ ਕਿ ਲੋਕ ਮੇਰੇ ਸਾਹਮਣੇ ਚੁਕਣ ਦੌਲਤ ਦੀ ਵੀ ਬਹੁਤ ਵੱਡੀ ਇੱਕ ਭੁੱਖ ਹੈ ਤੇ ਖੈਰ ਹੈ ਤਾਂ ਸਾਰੀਆਂ ਭੁੱਖਾਂ ਹੀ ਆਂ ਚਾਰ ਪਦਾਰਥ ਨੂੰ ਕੋਈ ਬਹੁਤ ਅਹਿਮੀਅਤ ਨਹੀਂ ਦਿੱਤੀ ਗੁਰਬਾਣੀ ਨੇ ਕਿ ਬਹੁਤ ਵੱਡਾ ਧਰਮੀ ਬਣ ਜਾਣਾ ਇਹ ਚਾਹਣਾ ਰੱਖਣੀ ਵੀ ਮੈਂ ਬਹੁਤ ਵੱਡਾ ਧਰਮੀ ਹੋਵਾਂ ਇਹ ਚਾਹਣਾ ਰੱਖਣੀ ਕਿ ਮੈਂ ਬਹੁਤ ਵੱਡਾ ਦੌਲਤਵੰਦ ਹੋਵਾਂ ਇਹ ਚਾਹਣਾ ਰੱਖਣੀ ਕਿ ਅਕਾਲ ਪੁਰਖ ਵਾਹਿਗੁਰੂ ਮੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰ ਦੇ ਤੇ ਮੈਨੂੰ ਮੁਕਤੀ ਵੀ ਮਿਲ ਜਾਏ ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਇਨਸਾਨ ਆ ਚਾਰ ਚੀਜ਼ਾਂ ਮੰਗਦਾ ਹੈ ਨਾ ਚਾਰ ਪਦਾਰਥ ਜੇ ਕੋ ਮੰਗਿਆ ਜਿਸ ਬੰਦੇ ਨੂੰ ਆ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਉਹਨੂੰ ਕੋਈ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਹੈ ਸਾਧ ਜਨਾਕੀ ਸੇਵਾ ਲੱਗ ਹੈ ਉਹ ਗੁਰੂ ਦੇ ਪਿਆਰੇ ਜਿਹੜੇ ਸਾਧ ਸੰਗੀ ਨੇ ਜਿਨ੍ਹਾਂ ਨੇ ਰੱਬ ਦੇ ਨਾਮ ਦੀ ਦੌਲਤ ਨੂੰ ਕਮਾਇਆ ਕਹਿੰਦੇ ਉਹਨਾਂ ਦੀ ਚਰਨੀ ਲੱਗੋ ਭਾਵ ਕਿ ਉਹਨਾਂ ਦੀ ਸੇਵਾ ਵਿੱਚ ਲੱਗ ਜਾਓ ਅਸਲ ਦੇ ਵਿੱਚ ਧੰ ਗੁਰੂ ਅਰਜਨ ਸਾਹਿਬ ਦਾ ਕਹਿੰਦਾ ਮਤਲਬ ਹੈ ਵੀ ਜਿੰ ਜਿਸ ਬੰਦੇ ਨੂੰ ਆ ਭੁੱਖ ਹੈ ਨਾ ਚਾਰ ਚੀਜ਼ਾਂ ਦੀ ਉਹ ਜਦੋਂ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਜੁੜਦਾ ਹੈ ਨਾ ਤੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਅਸਾਰ ਉਹਦੀ ਇਹ ਜਿਹੜੀ ਭੁੱਖ ਹੈ ਇਹ ਪੂਰੀ ਹੋ ਜਾਂਦੀ ਹੈ ਭਾਵ ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਂਦਾ ਹੈ ਵੀ ਜਿੰਦਗੀ ਜਿਹੜੀ ਇੱਥੋਂ ਤੱਕ ਹੀ ਨਹੀਂ ਹੈ ਜਿੰਦਗੀ ਬਹੁਤ ਜ਼ਿਆਦਾ ਖੂਬਸੂਰਤ ਹੈ ਔਰ ਉਹਦੀ ਖੂਬਸੂਰਤੀ ਨੂੰ ਬਰਕਰਾਰ ਇਨਸਾਨ ਨੇ ਖੁਦ ਰੱਖਣਾ ਹੁੰਦਾ ਹੈ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੀਆਂ ਮੰਗਾਂ ਦੇ ਲਈ ਪਰਮਾਤਮਾ ਦੇ ਦਰ ਦੇ ਉੱਤੇ ਪਰਮਾਤਮਾ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਜਾਂਦੇ ਆ ਤੇ ਝੋਲੀਆਂ ਡੰ ਲੱਗ ਪੈਂਦੇ ਆ ਛੋਟੀਆਂ-ਛੋਟੀਆਂ ਸਾਡੀਆਂ ਮੰਗਾਂ ਤੇ ਹਰ ਇਨਸਾਨ ਪੂਰੀਆਂ ਕਰ ਸਕਦਾ ਹੈ ਅਸੀਂ ਦੁਨੀਆ ਦੇ ਕਿਸੇ ਵੀ ਦਰਵਾਜ਼ੇ ਤੋਂ ਜਾ ਕੇ ਪੂਰੀਆਂ ਕਰਾ ਸਕਦੇ ਆ ਆ ਤਾਂ ਨਿੱਕੀ-ਨਿੱਕੀ ਗੱਲਾਂ ਨੇ ਜਿੱਦਾਂ ਨਿਆਣਿਆਂ ਦੀਆਂ ਖੇਡਾਂ ਹੁੰਦੀਆਂ ਨੇ ਉਹ ਉਹ ਸਭ ਸਾਡਾ ਹੋ ਗਿਆ ਵੀ ਲੋਗਨ ਆਰਾਮ ਖਡਾਉਣਾ ਜਾਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਨੂੰ ਉਹ ਚਾਰ ਪਦਾਰਥਾਂ ਦੀ ਭੁੱਖ ਹੈ ਉਹ ਤਾਂ ਜਿਹੜੇ ਸਤਸੰਗੀ ਨੇ ਰੱਬ ਨੂੰ ਪਿਆਰ ਕਰਨ ਵਾਲੇ ਨੇ ਜੇ ਉਹਨਾਂ ਦੇ ਕੋਲ ਜਾ ਕੇ ਬਹਿਹੋਗੇ ਤੇ ਉਹ ਤੁਹਾਡੀ ਪੂਰੀ ਕਰ ਦੇਣਗੇ ਉਹ ਵੀ ਤੁਹਾਨੂੰ ਇਹ ਸਮਝ ਦੇ ਸਕਦੇ ਐ ਅਗਲੀ ਗੱਲ ਕਹਿੰਦੇ ਨੇ ਜੇ ਕੋ ਆਪਣਾ ਦੁੱਖ ਮਿਟਾਵੇ ਜੇਕਰ ਕੋਈ ਚਾਹੁੰਦਾ ਹੈ ਕਿ ਮੇਰਾ ਦੁੱਖ ਮਿਟ ਜਾਏ ਹੁਣ ਇੱਥੇ ਫੋਕਸ ਕਰਨਾ ਹੈ ਆਪਾਂ ਅੱਜ ਦੁਨੀਆ 'ਚ ਲੜਾਈ ਕਾਦੀ ਐ ਚਾਰ ਪਦਾਰਥਾਂ ਤੋਂ ਬਾਅਦ ਸਤਿਗੁਰੂ ਨੇ ਦੁੱਖ ਦੀ ਗੱਲ ਕੀਤੀ ਐ ਪਹਿਲਾਂ ਤੇ ਚਾਰ ਪਦਾਰਥਾਂ ਨੂੰ ਸਮਝ ਲਿਓ ਧਰਮੀ ਹੋਣਾ ਹੀ ਸਭ ਤੋਂ ਵੱਡੀ ਗੱਲ ਨਹੀਂ ਐ ਧਰਮ ਨੂੰ ਜੀਵਨ ਦੇ ਵਿੱਚ ਅਪਣਾ ਲੈਣਾ ਸਭ ਤੋਂ ਵੱਡੀ ਗੱਲ ਹੁੰਦੀ ਐ ਦੌਲਤਵੰਦ ਭਾਵ ਅਮੀਰ ਹੋਣਾ ਹੀ ਸਭ ਤੋਂ ਵੱਡੀ ਗੱਲ ਨਹੀਂ ਐ ਦਿਲ ਦਾ ਅਮੀਰ ਹੋਣਾ ਸਭ ਤੋਂ ਵੱਡੀ ਗੱਲ ਹੁੰਦੀ ਐ ਕਮਨੋ ਕਾਮਨਾਵਾਂ ਮੇਰੀਆਂ ਪੂਰੀਆਂ ਹੋਣ ਉਹ ਤਾਂ ਹੋ ਹੀ ਜਾਣੀਆਂ ਜੇ ਚਾਰ ਪਦਾਰਥ ਭਾਵ ਕੇ ਮਨੋ ਕਾਮਨਾਵਾਂ ਮੇਰੀਆਂ ਪੂਰੀਆਂ ਹੋਣ ਭਾਵ ਕਿ ਜੇਕਰ ਮੈਂ ਕੁਝ ਚਾਹਾਂ ਤੇ ਨਾਲ ਦੀ ਨਾਲ ਮੈਨੂੰ ਮਿਲ ਜਾਏ ਉਹ ਤਾਂ ਦੇਖੋ ਜਿਸ ਬੰਦੇ ਦੇ ਘਰ ਦੌਲਤ ਹੈ ਸਿਆਣੇ ਕਹਿੰਦੇ ਨੇ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਜਿਨ੍ਹਾਂ ਦੇ ਘਰ ਵਿੱਚ ਦੌਲਤ ਹੈ ਉਹ ਤਾਂ ਆਪਣੀਆਂ ਸਾਰੀਆਂ ਚੀਜ਼ਾਂ ਦੀ ਜਿਹੜੀ ਮਨੋ ਕਾਮਨਾ ਹੈ ਪੂਰੀ ਕਰ ਲੈਣਗੇ ਜੋ ਉਹਨਾਂ ਨੂੰ ਚਾਹੀਦਾ ਹੋਵੇਗਾ ਨਾਲ ਨਾਲ ਹੀ ਮਿਲਦਾ ਜਾਏਗਾ ਪ੍ਰੋਬਲਮ ਤਾਂ ਉੱਥੇ ਹੈ ਨਾ ਜੇਕਰ ਕੋਈ ਗਰੀਬ ਹੈ ਉਹਦੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਜੇਕਰ ਕੋਈ ਗਰੀਬ ਹੈ ਉਹਨੂੰ ਜੋ ਉਹ ਚਾਹੁੰਦਾ ਉਹ ਨਹੀਂ ਮਿਲੇਗਾ ਕਿਉਂਕਿ ਉਹਦੇ ਘਰ ਦੇ ਵਿੱਚ ਇੰਨੇ ਪੈਸੇ ਮੌਜੂਦ ਨਹੀਂ ਹਨ ਤੇ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕੋਈ ਇੱਥੋਂ ਤੱਕ ਹੀ ਖੜਾ ਹੈ ਕਿ ਧਰਮ ਅਰਥ ਕਾਮ ਅਤੇ ਮੋਕਸ਼ ਭਾਵ ਮੁਕਤੀ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨੂੰ ਗੁਰਬਾਣੀ ਨਹੀਂ ਮੰਨਦੀ ਹੈ ਕਹਿੰਦੇ ਮੁਕਤ ਹੋਣਾ ਹੈ ਤੇ ਜਿਉਂਦਿਆਂ ਜੀ ਹੋਵੋ ਮੁਕਤੀ ਹੋਣੀ ਜਿਹੜੀ ਮਰਨ ਤੋਂ ਬਾਅਦ ਮਿਲੇ ਮੁਕਤੀ ਹੈ ਜਿਉਂਦਿਆਂ ਜੀ ਹੋ ਜਾਓ ਜਿਉਂਦਿਆਂ ਜੀ ਤੁਹਾਡਾ ਜਿਹੜਾ ਸੰਬੰਧ ਹੈ ਉਹ ਪ੍ਰਮਾਤਮਾ ਨਾਲ ਜੁੜ ਜਾਏ ਤੇ ਸੰਸਾਰ ਦੀਆਂ ਕੱਚੀਆਂ ਚੀਜ਼ਾਂ ਤੋਂ ਟੁੱਟ ਜਾਏ ਆਪਣੇ ਫਰਜ਼ ਨਿਭਾਉਂਦੇ ਨਿਭਾਉਂਦੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਸਮਝ ਆ ਜਾਏ ਕਿ ਸਾਨੂੰ ਪ੍ਰਮਾਤਮਾ ਨੇ ਇਸ ਦੁਨੀਆ ਲਈ ਇਸ ਸੰਸਾਰ ਲਈ ਸਪੈਸ਼ਲ ਬਣਾਇਆ ਤੇ ਅਸੀਂ ਕੁਝ ਵੱਖਰਾ ਕਰਕੇ ਕੁਝ ਸਪੈਸ਼ਲ ਕਰਕੇ ਇਸ ਸੰਸਾਰ ਤੋਂ ਜਾਣਾ ਨਾ ਕਿ ਆਪਾਂ ਇਦਾਂ ਦਾ ਇਦਾਂ ਤੁਰ ਜਾਣਾ ਸਤਗੁਰੂ ਦੇ ਹੁਕਮ ਨੂੰ ਫੋਲੋ ਕਰਨਾ ਤੇ ਮੰਨਣਾ ਫਿਰ ਕੀ ਹੋਏਗਾ ਜੇ ਕੋ ਆਪਣਾ ਦੁੱਖ ਮਿਟਾਵੇ ਜੇਕਰ ਕੋਈ ਚਾਹੁੰਦਾ ਹੈ ਨਾ ਕਿ ਮੇਰਾ ਦੁੱਖ ਮਿਟ ਜਾਏ ਤੇ ਗੁਰੂ ਅਰਜਨ ਸਾਹਿਬ ਦਾ ਬਚਨ ਪੱਲੇ ਬੰਨ ਲਿਓ ਹਰ ਹਰ ਨਾਮ ਰਿਧੈ ਸਦ ਗਾਵੇ ਹੁਣ ਜੇ ਜਿਸ ਬੰਦੇ ਦੇ ਅੰਦਰ ਇਹ ਭੁੱਖ ਹੈ ਕਿ ਮੈਨੂੰ ਚਾਰ ਪਦਾਰਥ ਮਿਲ ਜਾਣ ਉਹ ਤਾਂ ਗੁਰਮਖਾਂ ਦੀ ਸੰਗਤ ਕਰੇ ਮਿਲ ਜਾਣਗੇ ਜਿਹਨੂੰ ਇਹ ਭੁੱਖ ਹੈ ਕਿ ਮੇਰਾ ਦੁੱਖ ਖਤਮ ਹੋ ਜਾਏ ਤਾਂ ਹਰ ਹਰ ਨਾਮ ਪਰਮਾਤਮਾ ਦਾ ਜਿਹੜਾ ਨਾਮ ਹੈ ਰਿਧੈ ਸਦ ਗਾਵੇ ਉਹ ਹਿਰਦੇ ਤੋਂ ਗਾਵੇ ਤੇ ਪ੍ਰਮਾਤਮਾ ਦੁੱਖ ਮਿਟਾ ਦੇਗਾ ਉਹਦੇ ਸਤਗੁਰੂ ਜੀ ਕਹਿੰਦੇ ਦੁੱਖ ਹੈ ਕੀ ਚੀਜ਼ ਹੈ ਰੱਬ ਦੇ ਨਾਮ ਦੇ ਸਾਹਮਣੇ ਦੁੱਖ ਤਾਂ ਕੋਖ ਨਹੀਂ ਇਹ ਤਾਂ ਐਵੇਂ ਸੂ ਮੰਤਰੋ ਜਾਂਦਾ ਹੈ ਦੁਖੀ ਇਨਸਾਨ ਕਦੋਂ ਹੁੰਦਾ ਹੈ ਜਦੋਂ ਇਨਸਾਨ ਨੂੰ ਇਹ ਪਤਾ ਲੱਗ ਜਾਏ ਕਿ ਜੋ ਮੇਰੇ ਕੋਲ ਹੈ ਬਹੁਤ ਘੱਟ ਹੈ ਜੋ ਮੇਰੇ ਕੋਲ ਹੈ ਬਹੁਤ ਥੋੜਾ ਹੈ ਜੋ ਮੈਨੂੰ ਮਿਲਿਆ ਬਹੁਤ ਘੱਟ ਮਿਲਿਆ ਹੈ ਇਨਸਾਨ ਉੱਥੇ ਦੁਖੀ ਹੈ ਬਹੁਤ ਦੁਖੀ ਹੈ ਮੈਨੂੰ ਰੱਬ ਨੇ ਘੱਟ ਸੋਨਾ ਬਣਾਇਆ ਹੈ ਦੁਖੀ ਆਪਾਂ ਮੈਨੂੰ ਰੱਬ ਨੇ ਘੱਟ ਦੌਲਤ ਦਿੱਤੀ ਹੈ ਦੁਖੀ ਆਪਾਂ ਮੈਨੂੰ ਪ੍ਰਮਾਤਮਾ ਨੇ ਪਤੀ ਸੋਹਣਾ ਨਹੀਂ ਦਿੱਤਾ ਪਤਨੀ ਸੋਹਣੀ ਨਹੀਂ ਦਿੱਤੀ ਆਪਾਂ ਦੁਖੀ ਆ ਮੇਰਾ ਘਰ ਛੋਟਾ ਹੈ ਦੁਖੀ ਆ ਮੇਰੇ ਕੋਲ ਕੱਪੜੇ ਚੰਗੇ ਨਹੀਂ ਆਪਾਂ ਦੁਖੀ ਆ ਨੌਕਰੀ ਵਧੀਆ ਨਹੀਂ ਆਪਾਂ ਦੁਖੀ ਆ ਪੈਸੇ ਘਟੇ ਆਪਾਂ ਦੁਖੀ ਆ ਇੰਟਰਸਟ ਘਟ ਪਿਆ ਤੇ ਆਪਾਂ ਦੁਖੀ ਆ ਆ ਛੋਟੀਆਂ ਛੋਟੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ ਅਸੀਂ ਉਹਨਾਂ ਨਾਲ ਡਿਸਟਰਬ ਹੋ ਜੰਨੇ ਆ ਇਹਨਾਂ ਨੂੰ ਡਿਸਟਰਬ ਹੋਣ ਨੇ ਆ ਕਿ ਅਸੀਂ ਆਪਣੇ ਆਪ ਨੂੰ ਵੀ ਪਰੇਸ਼ਾਨ ਕਰ ਦਿੰਨੇ ਆ ਸਾਡਾ ਅੰਦਰਲਾ ਹਿੱਲ ਜਾਂਦਾ ਤੇ ਜਦੋਂ ਅਸੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਕਰਨਾ ਛੱਡ ਦੇਵਾਂਗੇ ਨਾ ਫਿਰ ਅਸੀਂ ਕਦੇ ਦੁਖੀ ਨਹੀਂ ਹੋਵਾਂਗੇ ਦੁੱਖ ਤੋਂ ਬਾਅਦ ਰੋਣਾ ਹੁੰਦਾ ਹੈ ਜਿਸ ਦਿਨ ਅਸੀਂ ਖੁਸ਼ ਹੋਵਾਂਗੇ ਰੋਣਾ ਨਹੀਂ ਆਏਗਾ ਰੋਵਾਂ ਕਿਹੜੀ ਆਪਾਂ ਦੁਖੀ ਹੋਣ ਦੇ ਪਿੱਛੇ ਕਾਰਨ ਨਹੀਂ ਇਹੀ ਹੈ ਹੋਰ ਤਾਂ ਕੋਈ ਕਾਰਨ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜੋ ਪੁੱਛੋ ਸਤਿਗੁਰੂ ਨੂੰ ਕਿ ਸਤਿਗੁਰ ਜੀ ਅਸੀਂ ਦੁਖੀ ਕਿਉਂ ਹੁੰਨੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਸੁਖ ਮੰਗਤ ਦੁਖ ਅਗ ਲਿਆ ਵੇ ਮੰਗਦੇ ਆਪਾਂ ਸੁੱਖ ਹੈ ਤੇ ਦੁੱਖ ਪਹਿਲਾਂ ਹੁੰਦਾ ਹੈ ਉਹਦਾ ਮਤਲਬ ਕੀ ਹੈ ਕਿ ਸੁੱਖ ਮੰਗੋਗੇ ਤੇ ਦੁੱਖ ਵੀ ਨਾਲ ਹੀ ਆਉਣਾ ਕਿਉਂਕਿ ਸੁੱਖ ਤੇ ਦੁੱਖ ਦੋਨੋਂ ਭਰਾ ਹੈ ਉਹ ਦੋਨੋਂ ਇਕੱਠੇ ਹੀ ਰਹਿਣਗੇ ਇੱਕ ਸਿੱਕੇ ਦੇ ਦੋ ਪਹਿਲੂ ਹੈ ਦੋਨੋਂ ਹੀ ਆਉਣਗੇ ਦੇਖ ਲਿਓ ਇਹ ਕਲ ਜੇ ਜ਼ਿੰਦਗੀ 'ਚ ਸੁੱਖ ਹੈ ਤਾਂ ਦੁੱਖ ਤੇ ਆਉਣਾ ਹੀ ਆਉਣਾ ਜੇ ਖੁਸ਼ੀ ਹੈ ਤੇ ਗਮੀ ਆਏਗੀ ਆਏਗੀ ਜੇ ਜੰਮੇ ਹੋ ਤਾਂ ਮੌਤ ਵੀ ਹੋਏਗੀ ਹੋਏਗੀ ਜੇ ਤਾਂ ਚੜ੍ਹੇ ਹੋ ਤਾਂ ਹੇਠਾਂ ਡਿੱਗੋਗੇ ਕਿਉਂਕਿ ਸੰਸਾਰ ਦਾ ਨਿਯਮ ਹੈ ਪ੍ਰਮਾਤਮਾ ਦਾ ਨਿਯਮ ਹੈ ਹੁਣ ਫੁੱਲ ਲੱਗਦੇ ਨੇ ਬੜੇ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਪਰ ਸਦਾ ਥੋੜੀ ਰਹਿੰਦੇ ਨੇ ਬਾਅਦ ਵਿੱਚ ਉਹ ਛੜ ਜਾਂਦੇ ਇਹ ਇੱਕ ਟਾਈਮ ਹੁੰਦਾ ਹੈ ਛੜ ਜਾਂਦੇ ਨੇ ਸਦਾ ਲਈ ਨਹੀਂ ਰਹਿੰਦੇ ਨੇ ਸਾਡੇ ਘਰ ਦੇ ਵਿੱਚ ਅੱਜ ਇੱਕ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਹੈ ਅਸੀਂ ਕਿੰਨੇ ਲਾੜ ਕਰਦੇ ਹਾਂ ਉਹਨੂੰ ਕਿ ਉਹ ਸਦਾ ਰਹਿੰਦਾ ਨਹੀਂ ਇੱਕ ਟਾਈਮ ਹੁੰਦਾ ਹੈ ਜਦੋਂ ਉਹਨੇ ਵੀ ਸਾਡੇ ਵਾਂਗ ਵਰਗਾ ਸ਼ਰੀਰ ਹਟਾ ਕੇ ਤੇ ਚਲੇ ਜਾਣਾ ਤੇ ਹੋ ਸਕਦਾ ਹੈ ਸਾਡੀ ਵਰਗੀ ਉਮਰ ਵੀ ਬਤੀਤ ਨਾ ਕਰ ਪਾਏ ਉਹ ਤੋਂ ਪਹਿਲਾਂ ਹੀ ਚਲ ਜਾਏ ਸੋ ਦੁੱਖ ਤੇ ਸੁੱਖ ਤਾਂ ਸੰਸਾਰ ਦੀ ਇੱਕ ਖੇਡ ਹੈ ਤਾਂ ਆਉਂਦੇ ਜਾਂਦੇ ਰਹਿਣੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਅੰਦਰ ਨੂੰ ਟਿਕਾਉ ਵਿੱਚ ਰੱਖਣਾ ਕਿ ਆਪਾਂ ਆਪਣੇ ਆਪ ਨੂੰ ਟਿਕਾਉ ਵਿੱਚ ਕਿਵੇਂ ਰੱਖਣਾ ਸੋ ਮੈਂ ਫਿਰ ਇੱਕ ਐਗਜ਼ਾਮਪਲ ਦੇ ਦਵਾਂ ਕਿ ਗਰੀਬੀ ਤੇ ਅਮੀਰੀ ਵੀ ਹੈ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਵੀ ਚਲਦੀਆਂ ਨੇ ਹਮੇਸ਼ਾ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਚਲਦੀ ਹੈ ਹਮੇਸ਼ਾ ਜ਼ਿੰਦਗੀ ਕਦੇ ਪੱਧਰ ਹੀ ਨਹੀਂ ਚਲਦੀ ਹੈ ਕਦੇ ਸਟ੍ਰੇਟ ਨਹੀਂ ਚਲਦੀ ਹੈ ਇਦੇ ਵਿੱਚ ਤਾਂ ਟੋਏ ਟਿੱਬੇ ਆਉਂਦੇ ਆ ਮੋੜ ਆਉਂਦੇ ਆ ਦੁੱਖ ਆਉਂਦੇ ਆ ਸੋਕਾਉਂਦੇ ਆ ਪ੍ਰੋਬਲਮਾਂ ਆਉਂਦੀਆਂ ਨੇ ਉਹਨਾਂ ਨੂੰ ਸਾਨੂੰ ਹੰਡਾਉਣਾ ਵੀ ਪੈਣਾ ਦੂਰ ਜਾਂਦੀ ਲੋੜ ਨਹੀਂ ਆਪਣੇ ਗੁਰੂ ਸਾਹਿਬਾਨਾਂ ਦਾ ਜੀਵਨ ਤੁਸੀਂ ਵੇਖ ਲਓ ਜੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ ਤੇ ਉਤੋਂ ਪਹਿਲਾਂ ਤਖਤਾਂ ਤੇ ਵੀ ਬੈਠੇ ਸੀ ਉਹ ਜੇ ਸਿੱਖਾਂ ਦੇ ਬੰਦ-ਬੰਦ ਕੱਟੇ ਜਾਂਦੇ ਨੇ ਆਰੇ ਨਾਲ ਚੀਰੇ ਜਾਂਦੇ ਨੇ ਤੇ ਉਹ ਵੀ ਦੁਨਿਆਵੀ ਤੌਰ ਤੇ ਬਹੁਤ ਵੱਡਾ ਦੁੱਖ ਹੈ ਉਹ ਪਰ ਇਹ ਚੀਜ਼ਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਥਿਰ ਨਹੀਂ ਰਹਿੰਦੀਆਂ ਹਮੇਸ਼ਾ ਨਹੀਂ ਰਹਿੰਦੀਆਂ ਇਹ ਆਉਣ ਜਾਣ ਵਾਲੀਆਂ ਚੀਜ਼ਾਂ ਨੇ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਗੁਰਬਾਣੀ ਵਿੱਚ ਤਾਂ ਇਥੋਂ ਤੱਕ ਆਖਿਆ ਗਿਆ ਕਿ ਨਾ ਸੂਰਜ ਰਹਿਣਾ ਨਾ ਚੰ드ਰਮਾ ਰਹਿਣਾ ਨਾ ਇਹ ਧਰਤੀ ਰਹਿਣੀ ਹੈ ਇਹ ਚੀਜ਼ਾਂ ਹਮੇਸ਼ਾ ਘਟਦੀਆਂ ਨੇ ਭਾਵ ਕੇ ਨਾਸ਼ ਹੋਣ ਵਾਲੀਆਂ ਨੇ ਸਦਾ ਰਹਿਣ ਵਾਲੀ ਕੋਈ ਸ਼ੈ ਨਹੀਂ ਇਸ ਸੰਸਾਰ ਵਿੱਚ ਇਸ ਧਰਤੀ ਵਿੱਚ ਸਦਾ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ ਇਸ ਸੰਸਾਰ ਵਿੱਚ ਜੋ ਕੁਝ ਹੈ ਖਤਮ ਹੋਣ ਵਾਲਾ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕਿਸੇ ਬੰਦੇ ਨੂੰ ਇਹ ਭੁੱਖ ਹੈ ਕਿ ਮੇਰਾ ਦੁੱਖ ਖਤਮ ਹੋ ਜਾਏ ਤਾਂ ਉਹ ਆਪਣੇ ਹਿਰਦੇ ਤੋਂ ਪਰਮਾਤਮਾ ਦਾ ਨਾਮ ਗਾਵੇ ਹਿਰਦੇ ਤੋਂ ਜਪੇ ਦੁੱਖ ਦੂਰ ਹੋ ਜਾਣਗੇ ਜੇ ਤੁਸੀਂ ਵੀ ਦੁਖੀ ਹੋ ਜੇ ਤੁਹਾਨੂੰ ਵੀ ਲੱਗਦਾ ਅਸੀਂ ਬਹੁਤ ਦੁਖੀ ਆ ਸਾਨੂੰ ਬਹੁਤ ਦੁੱਖ ਨੇ ਤਾਂ ਗੁਰੂ ਅਰਜਨ ਸਾਹਿਬ ਦੀ ਇਹਨਾਂ ਗੱਲਾਂ ਨੂੰ ਫੋਲੋ ਕਰਿਓ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਅ ਆਏਗਾ ਹਰ ਹਰ ਨਾਮ ਰਿਦਾ ਸਤ ਗਾਵੇ ਇਸ ਤੋਂ ਅੱਗੇ ਜੇ ਕੋ ਆਪਣੀ ਸ਼ੋਭਾ ਲੋਰੈ ਜੇਕਰ ਕੋਈ ਆਪਣੀ ਇੱਜ਼ਤ ਚਾਹੁੰਦਾ ਹੈ ਹੁਣ ਇੱਜ਼ਤ ਕਿਹੜਾ ਬੰਦਾ ਨਹੀਂ ਚਾਹੁੰਦਾ ਮੇਰੀ ਬਹੁਤ ਇੱਜ਼ਤ ਹੋਵੇ ਬੜਾ ਮਾਣ ਹੋਵੇ ਅਸੀਂ ਜਪਜੀ ਸਾਹਿਬ ਚੋਂ ਪੜਦੇ ਹਾਂ ਸਤਿਗੁਰ ਕਹਿੰਦੇ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਬੜੀ ਵੱਡੀ ਲੰਮੀ ਉਮਰ ਦਾ ਮਾਲਕ ਹੋਵੇ ਇਨਸਾਨ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਐਨੀ ਇੱਜ਼ਤ ਉਮਰ ਵੀ ਲੱਖਾਂ ਸਾਲਾਂ ਜਿੰਨੀ ਹੋਵੇ ਬੰਦੇ ਦੀ ਐਸਾ ਹੁੰਦਾ ਨਹੀਂ ਵੈਸੇ ਇਹ ਕੇਵਲ ਤੇ ਕੇਵਲ ਸਤਿਗੁਰ ਨੇ ਬੰਦੇ ਦੀ ਭੁੱਖ ਦੀ ਗੱਲ ਕੀਤੀ ਵੀ ਬੰਦਾ ਜਿਉਣਾ ਤਾਂ ਚਾਹੁੰਦਾ ਹੀ ਐ ਵੀ ਮੈਂ ਬਹੁਤ ਲੰਮੀ ਉਮਰ ਜੀਮਾ ਇਸ ਸੰਸਾਰ ਵਿੱਚ ਰਵਾਂ ਮੈਂ ਕਦੇ ਨਾ ਮਰਾਂ ਇਹੀ ਆਪਾਂ ਚਾਹੁੰਨੇ ਪਰ ਇਹ ਕਦੇ ਪੂਰਾ ਨਹੀਂ ਹੁੰਦਾ ਮੈਂ ਕਦੇ ਨਾ ਮਰਾਂ ਇਦਾਂ ਤਾਂ ਹੁੰਦਾ ਹੀ ਨਹੀਂ ਜਦੋਂ ਤੱਕ ਇਹ ਬਾਡੀ ਐ ਸਹੀ ਸਲਾਮਤ ਐ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਪਰ ਇੱਕ ਦਿਨ ਮੌਤ ਆਉਣੀ ਐ ਮਰਨਾ ਐ ਜਾਣਾ ਐ ਚਾਰ ਪਦਾਰਥ ਦੇ ਨਾਲ ਨਾਲ ਇਹ ਵੀ ਚੀਜ਼ ਮੰਗਿਓ ਕਿ ਮਹਾਰਾਜ ਕਿਰਪਾ ਕਰੀ ਆ ਇਹਨਾਂ ਗੱਲਾਂ ਦੇ ਨਾਲ ਹੀ ਰਜੀਵਾਂ ਨਹੀਂ ਆਉਣ ਲੱਗਾ ਇੰਨੀ ਕੋਈ ਕਿਰਪਾ ਕਰ ਦੇ ਜਦੋਂ ਤੱਕ ਇਹ ਜੀਵਨ ਹੈ ਤੂੰ ਸਾਡੇ ਅੰਗ ਸੰਗ ਨਹੀਂ ਸਤਿਗੁਰ ਕਹਿੰਦੇ ਨੇ ਜੇ ਜੋਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੇ ਸਭ ਕੋਏ ਬੰਦੇ ਦੀ ਇੰਨੀ ਇੱਜ਼ਤ ਹੋਵੇ ਕਿ ਪੂਰੀ ਧਰਤੀ ਤੇ ਨਵਾਂ ਖੰਨਾ ਪੂਰੀ ਧਰਤੀ ਤੇ ਇਨਸਾਨ ਦਾ ਨਾਮ ਵੱਜਦਾ ਹੋਵੇ ਜਿੱਧਰ ਤੁਰੇ ਵਹੀਰਾ ਪਿੱਛੇ ਲੱਗ ਜਾਣ ਬੰਦੇ ਦੇ ਆਸ-ਪਾਸ ਦੇ ਲੋਕ ਝੁੱਕ ਜਾਣ ਇਨਸਾਨ ਦੇ ਨਾਲ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚ ਲੈ ਸਭ ਕੋਏ ਸਤਿਗੁਰ ਕਹਿੰਦੇ ਨੇ ਚੰਗਾ ਨਾਂ ਰਖਾਇਕੈ ਜਸ ਕੀਰਤ ਜਗਲੇ ਚੰਗਾ ਨਾਮ ਖਟਿਆ ਹੋਵੇ ਉਹਨੇ ਦੁਨੀਆ ਚ ਲੋਕ ਉਹਦੀ ਵਾਹ ਵਾਹ ਕਰਦੇ ਹੁਣ ਜੈ ਜੈਕਾਰ ਕਰਦੇ ਹੁਣ ਪਰ ਸਤਿਗੁਰ ਅਖੀਰ ਚ ਕਹਿੰਦੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁਛੈ ਕਿ ਜੇਕਰ ਉਹ ਇਨਸਾਨ ਪ੍ਰਮਾਤਮਾ ਦੀ ਨਿਗਾਹ ਤੇ ਹੀਟ ਨਹੀਂ ਹੈ ਤੇ ਉਹ ਇਨਸਾਨ ਨੂੰ ਪ੍ਰਮਾਤਮਾ ਮਾਮੂਲੀ ਜਿਹਾ ਇਨਸਾਨ ਵੀ ਨਹੀਂ ਸਮਝਦਾ ਸਾਰੀ ਗੱਲ ਤਾਂ ਇੱਥੇ ਖਤਮ ਹੋ ਗਈ। ਕਿ ਰਾਵਦੀ ਨਿਗਾਹ ਦੇ ਵਿੱਚ ਪ੍ਰਵਾਣ ਚੜਨਾ ਹੀ ਸਭ ਤੋਂ ਵੱਡੀ ਗੱਲ ਹੈ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਂਦਾ ਵੱਡੇ-ਵੱਡੇ ਰਾਜੇ ਮਹਾਰਾਜੇ ਵੀ ਰੋਲ ਕੇ ਰੱਖ ਦਿੰਦਾ ਹੈ ਪਰਮਾਤਮਾ ਜਦੋਂ ਉਹਦੀ ਨਿਗਾਹ ਸਵੱਲੀ ਨਾ ਹੋਵੇ। ਸੋ ਇਹ ਸਾਡੇ ਤੇ ਕਿ ਅਸੀਂ ਕਿਸ ਤਰ੍ਹਾਂ ਦਾ ਆਪਣਾ ਜੀਵਨ ਰੱਖਣਾ ਕਿ ਅਸੀਂ ਉਹਦੇ ਚਰਨਾਂ ਦੇ ਵਿੱਚ ਹਮੇਸ਼ਾ ਝੁਕੇ ਰਹਿਣਾ। ਪ੍ਰਵਾਣ ਕਰਨਾ ਉਹਦੇ ਨਿਯਮ ਨੂੰ ਉਹਦੇ ਸਿਸਟਮ ਨੂੰ ਕਿਉਂਕਿ ਅਸੀਂ ਉਹ ਤੋਂ ਵੱਡੇ ਨਹੀਂ ਅਸੀਂ ਉਹਦੇ ਵਿੱਚ ਜਿਉਨੇ ਆ ਅਸੀਂ ਉਹ ਤੋਂ ਵੱਡੇ ਨਹੀਂ। ਯਾਦ ਰੱਖਿਓ ਆਪਣੇ ਗੁਰੂ ਸਹਿਬਾਨਾਂ ਦਾ ਧੰਵਾਦ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਨੇ ਸਾਨੂੰ ਇਨੀ ਗੁੱਡ ਲਾਈਫ ਦਿੱਤੀ ਇੰਨਾ ਵਧੀਆ ਜੀਵਨ ਦਿੱਤਾ ਮਾਣ ਕਰਿਆ ਕਰੋ ਵੀ ਆਪਾਂ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ ਆਂ ਆਪਾਂ ਸਿੱਖਾਂ ਆਪਣੇ ਗੁਰੂਆਂ ਦੀ ਇੱਜ਼ਤ ਕਰੋ ਉਹਨਾਂ ਦੀ ਬਾਣੀ ਦੀ ਇੱਜ਼ਤ ਕਰੋ ਉਹਨਾਂ ਦੇ ਸਿਧਾਂਤਾਂ ਦੀ ਇੱਜ਼ਤ ਕਰੋ ਸਮਝੋਗੇ ਉਹਨਾਂ ਸਿਧਾਂਤਾਂ ਨੂੰ ਤਾਂ ਜ਼ਿੰਦਗੀ ਬਹੁਤ ਸੌਖੀ ਹੋਵੇਗੀ ਹੋਰ ਨਾਲ ਲੋਕਾਂ ਨੂੰ ਸਮਝਾਓਗੇ ਤੇ ਸਾਡਾ ਆਸਾ ਪਾਸਾ ਵੀ ਸੌਖਾ ਹੋ ਜਾਏਗਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੀ ਪਾਵਨ ਬਾਣੀ 'ਚ ਇੱਕ ਐਗਜ਼ੈਂਪਲ ਦਿੱਤੀ ਹੈ ਕਿ ਇੱਕ ਸਰੋਵਰ ਮੈਂ ਆਪਣੀ ਅੱਖੀ ਵੇਖਿਆ ਉਹਦਾ ਆਸ-ਪਾਸਾ ਬਹੁਤ ਹਰਿਆ ਭਰਿਆ ਸੀ। ਚਿੜੀਆਂ ਚਹਿਕਉਂਦੀਆਂ ਸਨ, ਪੰਛੀ ਉੱਡਦੇ ਸਨ, ਉਹਦੇ 'ਚ ਕਮਲ ਦੇ ਫੁੱਲ ਲੱਗੇ ਹੋਏ ਸਨ, ਭੌਰੇ ਆਉਂਦੇ ਸੀ, ਰਸ ਚੂਸਦੇ ਸੀ ਚਲੇ ਜਾਂਦੇ ਸੀ। ਆਸ-ਪਾਸੇ ਦੀ ਹਵਾ ਗੀਤ ਗਾਉਂਦੀ ਸੀ। ਹਰਿਆਵਲ ਭਰਿਆਵਲ ਸੀ ਤੇ ਜ਼ਿੰਦਗੀ ਜਿਹੜੀ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ। ਜਦੋਂ ਉਹਦੇ ਲਾਗੋ ਦੀ ਗੁਜਰਦੇ ਸਾਂ ਤੇ ਬੜਾ ਵਧੀਆ ਲੱਗਦਾ ਸੀ ਹਰਿਆ ਭਰਿਆ ਸਭ ਕੁਝ ਲੇਕਿਨ ਉਹਦੀ ਹਰਿਆ ਹਲ ਦੇ ਪਿੱਛੇ ਇੱਕੋ ਹੀ ਕਾਰਨ ਸੀ ਹੁਣ ਉਹ ਮੈਂ ਦੱਸਣ ਲੱਗਾ ਗੁਰੂ ਨਾਨਕ ਸਾਹਿਬ ਕਹਿੰਦੇ ਥੋੜੇ ਦਿਨਾਂ ਬਾਅਦ ਉਸੇ ਸਰੋਵਰ ਨੂੰ ਮੈਂ ਆਪਣੀ ਅੱਖੀ ਵੇਖਿਆ ਪਰ ਹੁਣ ਉਸ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਤੇ ਕਾਲੀ ਮਿੱਟੀ ਹੈ ਗਾਰਾ ਹੈ ਸਰੋਵਰ ਦੇ ਵਿੱਚ ਫੁੱਲ ਨਹੀਂ ਐ ਸੜ ਚੁੱਕੇ ਨੇ ਮਛਲੀਆਂ ਅਦਕਣੀਆਂ ਐ ਮਰ ਚੁੱਕੀਆਂ ਨੇ ਘਾਹ ਫੂਸ ਹਰਾ ਨਹੀਂ ਐ ਸੁੱਕ ਚੁੱਕਾ ਕੋਈ ਪੰਛੀ ਨਹੀਂ ਹੁੰਦਾ ਹੈ ਹਵਾ ਨਹੀਂ ਗੁੱਡ ਚੱਲ ਰਹੀ ਸਾਰਾ ਕੁਝ ਖਤਮ ਹੈ ਇਦਾਂ ਲੱਗਦਾ ਜਿਵੇਂ ਜ਼ਿੰਦਗੀ ਨੂੰ ਬੁਖਾਰ ਹੋ ਗਿਆ ਹੋਵੇ ਜ਼ਿੰਦਗੀ ਉੱਜੜ ਚੁੱਕੀ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜਦੋਂ ਉਸ ਸਰੋਵਰ ਦੇ ਕੋਲ ਜਾਂਦੇ ਨੇ ਤੇ ਗੁਰੂ ਨਾਨਕ ਸਾਹਿਬ ਉਹਦੇ ਨਾਲ ਗੱਲਾਂ ਕਰਦੇ ਆ ਸਰੋਵਰ ਦੇ ਨਾਲ ਤੇ ਸਤਿਗੁਰੂ ਨੂੰ ਵੇਖੋ ਉਹ ਸਰੋਵਰ ਕੀ ਕਹਿੰਦਾ ਕਿ ਮੈਂ ਉਦੋਂ ਹਰਿਆ ਭਰਿਆ ਸੀ ਜਦੋਂ ਮੇਰੇ ਨਾਲ ਪਾਣੀ ਦਾ ਸੰਬੰਧ ਸੀ ਪਾਣੀ ਦਾ ਰਿਸ਼ਤਾ ਸੀ ਜਿਸ ਦਿਨ ਮੇਰਾ ਪਾਣੀ ਖਤਮ ਹੋ ਗਿਆ ਜਿੱਥੋਂ ਮੇਰਾ ਪਾਣੀ ਆਉਂਦਾ ਜਾਂਦਾ ਸੀ ਉਸ ਸੋਮੇ ਨਾਲੋਂ ਮੈਂ ਕੱਟ ਹੋ ਗਿਆ ਮੇਰਾ ਕਨੈਕਸ਼ਨ ਕੱਟ ਹੋ ਗਿਆ ਮੈਂ ਉਤੋਂ ਦੂਰ ਹੋ ਗਿਆ ਤੇ ਸਤਿਗੁਰੂ ਮੈਂ ਖਤਮ ਹੋ ਗਿਆ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵਨ ਕਹਿ ਦੋਖੜੈ ਸੜਿ ਹੋਏ ਕਾਲੀ ਹੋਈ ਆ ਦੇਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸਿੱਤੀ ਮੇਰਾ ਸੰਗ ਜਿਤ ਡਿਠੈ ਤਨ ਪਰਫੜੈ ਚੜੈ ਚ ਵਗਣ ਵਨ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਨੇ ਇੱਕ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ ਕਿ ਜਿਵੇਂ ਉਸ ਸਰੋਵਰ ਦਾ ਸਬੰਧ ਪਾਣੀ ਨਾਲ ਸੀ ਜਦੋਂ ਪਾਣੀ ਨਾਲੋਂ ਕਨੈਕਸ਼ਨ ਕੱਟ ਹੋ ਗਿਆ ਜਿਹੜਾ ਪਾਣੀ ਸੀ ਉਹ ਖੜਾ ਹੋ ਗਿਆ ਸੂਰਜ ਦੀਆਂ ਕਿਰਨਾਂ ਨੇ ਸੁਕਾ ਦਿੱਤਾ ਖੜੇ ਹੋਏ ਪਾਣੀ 'ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਸਭ ਕੁਝ ਖਤਮ ਹੋ ਗਿਆ ਜਿਸ ਦਿਨ ਅਸੀਂ ਆਪਣੇ ਗੁਰੂ ਤੋਂ ਟੁੱਟ ਗਏ ਅਸੀਂ ਖੜੇ ਜਾਵਾਂਗੇ ਜਿਸ ਦਿਨ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ ਸਾਡਾ ਵੀ ਹਾਲ ਉਦਾਂ ਦੇ ਹੀ ਹੋਣਾ ਸਭ ਖਤਮ ਹੋ ਜਾਏਗਾ ਗੁਣ ਨਹੀਂ ਰਹਿਣਗੇ ਜੀਵਨ ਵਿੱਚ ਖੁਸ਼ਹਾਲੀ ਨਹੀਂ ਰਹੇਗੀ ਜੀਵਨ ਦੇ ਵਿੱਚ ਆਪਣੇ ਗੁਰੂ ਨਾਲ ਜੁੜ ਕੇ ਰਹੋ ਕਨੈਕਸ਼ਨ ਕਦੇ ਨਾ ਤੋੜਿਓ ਗੁਰੂ ਤੋਂ ਕਿਉਂਕਿ ਜੇ ਟੁੱਟ ਗਿਆ ਫਿਰ ਸਭ ਕੁਝ ਖਤਮ ਹੋ ਜਾਏਗਾ ਬਾਣੀ ਨਾਲ ਜੁੜ ਕੇ ਰਹੋਗੇ ਇਤਿਹਾਸ ਨਾਲ ਜੁੜ ਕੇ ਰਹੋਗੇ ਸਿਰ ਉੱਚਾ ਰਹੇਗਾ ਤੁਹਾਡਾ ਸਿੱਖੋ ਤੁਹਾਡੀ ਸ਼ਾਨ ਬਰਕਰਾਰ ਰਹੇਗੀ ਪਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਏ ਸਭ ਕੁਝ ਖਤਮ ਗੱਲਾ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਣ ਤੱਕ ਸੀਮਤ ਰੁਮਾਲੇ ਚੜਾਉਣ ਤੱਕ ਸੀਮਤ ਫੁੱਲ ਚੜਾਉਣ ਤੱਕ ਸੀਮਤ ਨਹੀਂ ਰਹਿਣਾ ਗੁਰੂ ਗਰੰਥ ਸਾਹਿਬ ਵਿੱਚ ਲਿਖਿਆ ਕੀ ਹੈ ਉਹ ਮੰਨਣਾ ਵੀ ਹੈ ਫੋਲੋ ਵੀ ਕਰਨਾ ਹੈ ਬਦਕਿਸਮਤੀ ਹੈ ਕਿ ਪੰਜਾਬ ਵਰਗੀ ਧਰਤੀ ਤੇ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੇ ਜਿਹੜੇ ਪਾਵਨ ਪੰਨੇ ਨੇ ਉਹ ਗਲੀਆਂ ਚ ਰੁਲਦੇ ਹੋਏ ਦੇਖੇ ਜਾਂਦੇ ਆ ਸ਼੍ਰੀ ਆਮ ਗੁਰੂ ਗਰੰਥ ਸਾਹਿਬ ਦੀ ਬੇਦਬੀ ਹੁੰਦੀ ਏ ਸ਼੍ਰੀ ਆਮ ਗੁਰੂ ਗ੍ਰੰਥ ਸਾਹਿਬ ਦੇ ਰੂਪ ਚੋਰੀ ਹੋ ਜਾਂਦੇ ਨੇ ਬਦਕਿਸਮਤੀ ਹੈ ਕਿ ਜਿਸ ਪੰਜਾਬ ਦੀ ਧਰਤੀ ਨੂੰ ਕਿਸੇ ਟਾਈਮ ਕਿਹਾ ਜਾਂਦਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਉਹੀ ਪੰਜਾਬ ਅੱਜ ਕੰਗਾਲੀ ਦੀ ਕਦਰ ਤੇ ਖੜਾ ਹੋ ਗਿਆ ਕਿਉਂਕਿ ਅਸੀਂ ਆਪਣੇ ਗੁਰੂ ਤੇ ਆਪਣੇ ਗੁਰੂ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਹੋ ਗਏ ਇਸ ਲਈ ਆਪਾਂ ਦੁਖੀ ਆ ਇਸ ਲਈ ਸਾਡੀ ਜ਼ਿੰਦਗੀ 'ਚ ਖੁਸ਼ਹਾਲੀ ਨਹੀਂ ਇਸ ਲਈ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਉਜੜਦੇ ਜਾ ਰਹੇ ਨੇ ਕਾਰਨ ਪਿੱਛੇ ਕੀ ਹੈ ਕਦਰ ਵੀ ਉਦੋਂ ਹੀ ਬਣਦਾ ਹੈ ਜਦੋਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਜੀਵਨ ਵਿੱਚ ਧਾਰਨਦੇ ਆਂ ਤੇ ਜਦੋਂ ਸਾਡੇ ਕੋਲ ਗੁਰਬਾਣੀ ਨਹੀਂ ਰਹੀ ਕਿਰਦਾਰ ਕਿਦਾਂ ਰਹੇਗਾ ਆ ਸਾਡੇ ਪਰਿਵਾਰਾਂ ਦੇ ਵਿੱਚ ਹੀ ਗੰਦ ਆ ਗਿਆ ਨਾ ਲਗਾਤਾਰ ਕੋਈ ਟਾਈਮ ਸੀ ਕਿ ਸਰਦਾਰ ਭਾਵ ਕੇ ਸਿੱਖ ਕੌਮ ਜਿਹੜੀ ਹੈ ਉਹਦੀ ਇੱਜ਼ਤ ਨੂੰ ਦੇ ਕੇ ਲੋਕ ਸਲਾਮਾ ਕਰਿਆ ਕਰਦੇ ਹੁੰਦੇ ਸਨ ਅੱਜ ਵਿਕਾਊ ਹੋ ਗਿਆ ਸਾਰਾ ਕੁਝ ਨਾਲ ਦੀ ਨਾਲ ਕਿਰਦਾਰ ਵੀ ਗਿਰਦਾ ਜਾ ਰਿਹਾ ਹੈ ਇਤੋਂ ਤੱਕ ਮੈਂ ਥੋੜੇ ਦਿਨ ਪਹਿਲਾਂ ਕੋਈ ਵੀਡੀਓ ਤੱਕ ਰਿਆਂ ਵੇਖ ਰਿਆਂ ਕਿ ਇੱਕ ਭੈਣ ਭਰਾ ਭੈਣ ਭਰਾ ਦਾ ਰਿਸ਼ਤਾ ਹੀ ਭੁੱਲ ਗਏ ਕਿਉਂ ਭੁੱਲ ਗਏ ਗਲਤ ਸੰਬੰਧ ਬਣਾ ਕੇ ਬਹਿ ਗਏ ਕਿਉਂ ਭੁੱਲ ਗਏ ਕਿਉਂਕਿ ਕੱਲਾ ਫੇਸ ਸਰਦਾਰਾਂ ਵਾਲਾ ਨਹੀਂ ਭੋਲਿਓ ਆਪਣੇ ਜੀਵਨ ਦੇ ਵਿੱਚ ਵੀ ਗੁਰੂ ਦੀ ਰੰਗਤ ਲਾਓ ਕਸੂਰ ਸਾਡੇ ਮਾਂ ਬਾਪ ਦਾ ਵੀ ਹੁੰਦਾ ਹੈ ਮਾਂ ਬਾਪ ਨੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਤਰ੍ਹਾਂ ਨਹੀਂ ਨਿਭਾਈਆਂ ਹੁੰਦੀਆਂ ਬੱਚੇ ਗਲਤ ਪਾਸੇ ਨੂੰ ਕਿਉਂ ਤੁਰੇ ਜਾਂਦੇ ਨੇ ਕਿਤਨਾ ਕਿਤੇ ਦਾ ਕਾਰਨ ਹੈ ਕਿਤਨਾ ਕਿਤੇ ਦਾ ਕਾਰਨ ਹੈ ਕਿਤੇ ਦੂਜੀਆਂ ਦੀਆਂ ਧੀਆਂ ਭੈਣਾਂ ਬਚਾਉਣੀਆਂ ਸੀ ਅੱਜ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਸਾਡੀਆਂ ਕਿ ਭੈਣ ਦੇ ਨਾਲ ਹੀ ਰਿਲੇਸ਼ਨ ਬਣਾ ਕੇ ਬਹਿ ਗਿਆ ਕੋਸ਼ਿਸ਼ ਕਰੋ ਇਦਾਂ ਦਾ ਜੀਵਨ ਬਣਾਓ ਆਪਣਾ ਕਿ ਉਹਦੇ ਵਿੱਚੋਂ ਸਾਨੂੰ ਖੁਸ਼ਬੂ ਆਵੇ ਨਾ ਕਿ ਬਦਬੂ ਆਵੇ ਆਪਣੇ ਜੀਵਨ ਨੂੰ ਉੱਚਾ ਚੁੱਕਣਾ ਹੈ ਅਸੀਂ ਨੀਵਾ ਨਹੀਂ ਗਰਨਾ ਉ ਤਾਂ ਜਾਣਾ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਕੋ ਆਪਣੀ ਸ਼ੋਭਾ ਲੋਰੈ ਜੇ ਤੂੰ ਚਾਹੁੰਨਾ ਕਿ ਮੇਰੀ ਇੱਜ਼ਤ ਬਰਕਰਾਰ ਰਹੇ ਸਾਧ ਸੰਗ ਇਹ ਹਉ ਮੈ ਸ਼ੋਰੈ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਭਾਵ ਗੁਰੂ ਦੀ ਸੰਗਤ ਕਰ ਉਹਦੇ ਵਿੱਚ ਸੰਗਤ ਕਰਨ ਦੇ ਨਾਲ ਤੇਰੀ ਹਉ ਮੈ ਦੂਰ ਹੋ ਜਾਏਗੀ ਹੰਕਾਰ ਦੂਰ ਹੋ ਜਾਏਗਾ ਤੈਨੂੰ ਪਰਮਾਤਮਾ ਦੇ ਘਰ ਤੋਂ ਇੱਜ਼ਤ ਮਿਲੇਗੀ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਇਨਸਾਨ ਆਵਾ ਗਾਉਂ ਤੋਂ ਡਰਦਾ ਹੈ ਕਬਰੋਂਦਾ ਵੀ ਮੇਰਾ ਜੰਮਣ ਮਰਨ ਦਾ ਗੇੜ ਖਤਮ ਹੋ ਜਾਏ ਆਉਣ ਜਾਣ ਖਤਮ ਹੋ ਜਾਏ ਤੇ ਸਤਿਗੁਰ ਕਹਿੰਦੇ ਸਾਧ ਜਨਾਕੀ ਸਰਣੀ ਪਰੈ ਤਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਉਤੋਂ ਦੀ ਸਿੱਖਿਆ ਲੈ ਤੇਰੀ ਪਟਕਣਾ ਖਤਮ ਹੋ ਜਾਏਗੀ ਤੇਰਾ ਜੀਵਨ ਸਥਿਰ ਹੋ ਜਾਏਗਾ ਜਿਸ ਜਣ ਕੋ ਪ੍ਰਭ ਦਰਸ਼ ਪਿਆਸਾਂ ਅਖੀਰ ਦੀ ਗੱਲ ਹੈ ਪਰ ਸਤਿਗੁਰ ਕਹਿੰਦੇ ਉਤਰੀਆਂ ਸਾਰੀਆਂ ਗੱਲਾਂ ਨੂੰ ਛੱਡ ਦਿਓ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਆਪਾਂ ਸਭ ਤੋਂ ਵੱਡੀ ਗੱਲ ਜਿਸ ਬੰਦੇ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਹੈ ਸਭ ਤੋਂ ਵੱਡੀ ਗੱਲ ਜਿਸ ਬੰਦੇ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਤਾਂ ਕਹਿ ਬਲ ਬਲ ਜਸਾ ਮੈਂ ਨਾਨਕ ਉਸ ਇਨਸਾਨ ਦੇ ਚਰਨੀ ਲੱਗਣ ਨੂੰ ਤਿਆਰ ਆਂ ਉਤੋਂ ਸਦਕੇ ਜਾਣ ਨੂੰ ਤਿਆਰ ਆਂ ਬਲਹਾਰ ਜਾਣ ਨੂੰ ਤਿਆਰ ਆਂ ਜਿਹੜਾ ਇਨਸਾਨ ਪਰਮਾਤਮਾ ਦੇ ਦਰਸ਼ਨਾਂ ਦੀ ਦਾਤ ਮੰਗਦਾ ਇਸ ਲਈ ਸਭ ਤੋਂ ਉਤਮ ਆਰਕੀ ਕਥਾ ਆਖਿਆ ਗਿਆ ਇਸ ਲਈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਆਖਿਆ ਗਿਆ ਮੰਗਣਾ ਕਿਹੜਾ ਸਭ ਤੋਂ ਗੁੱਡ ਹੈ ਸੋਹਣਾ ਰੱਬ ਜੀ ਦੇ ਦਰਸ਼ਨ ਪਰਮਾਤਮਾ ਦੇ ਨਾਮ ਦੀ ਦਾਤ ਸੋ ਆਓ ਚੰਗਾ ਜੀਵਨ ਬਣਾਈਏ ਸਤਿਗੁਰੂ ਤੋਂ ਸਿੱਖਿਆਵਾਂ ਲੈ ਕੇ ਸਹੀ ਰਸਤੇ ਤੇ ਤੁਰਿਏ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਤੋਰੀਏ ਤਾਂ ਜੀਵਨ ਸਾਡਾ ਖੁਸ਼ਹਾਲ ਹੋਏਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਵਿਚਾਰਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ